ਕੀ ਹਾਲਾਤ ਨੇ ਘਰ ਦਾ ਜਿਹੜਾ ਮੁਖੀਆ ਵਾ ਸਰਦਾਰ ਚਰਮਲ ਸਿੰਘ ਉਸਦੇ ਕੀ ਹਾਲਾਤ ਨੇ? ਬਜ਼ੁਰਗ ਹੋ ਚੁੱਕਿਆ ਵਾ ਅਤੇ ਜਿਹੜੀ ਘਰ ਦੀ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਹਦੇ ਕਹਿੰਦੇ ਦਿਮਾਗੀ ਹਾਲਾਤ ਠੀਕ ਨਹੀਂ ਆ, ਉਹ ਜਿੰਨਾ ਵੀ ਬਾਹਰੋਂ ਬੋਤਲਾਂ ਜਾਂ ਹੋਰ ਜਿਹੜਾ ਕੂੜਾ ਕਰਕੇ ਕਰਕੇ ਸਾਰਾ ਜਿਹੜਾ ਘਰੇ ਲਿਆ ਦਿੰਦੀ ਆ, ਤੁਸੀਂ ਕੀ ਲੱਗਦਾ ਵੀ ਅੱਜ ਦੇ ਜ਼ਮਾਨੇ 'ਚ ਇਸ ਤਰ੍ਹਾਂ ਦੇ ਘਰ ਵਿੱਚ ਵੀ ਕੋਈ ਜ਼ਿੰਦਗੀ ਬਤੀਤ ਕਰਦਾ ਹੋਊਗਾ, ਕੋਈ ਰਹਿੰਦਾ ਹੋਊਗਾ? ਮੈਨੂੰ ਲੱਗਦਾ ਵੀ ਜੇਕਰ ਡੰਗਰਾਂ ਦਾ ਵਾੜਾ ਕਹੀਏ ਉਹ ਵੀ ਇੱਥੋਂ ਜਿਹੜਾ ਚੰਗਾ ਹੋਊਗਾ, ਪਰ ਇਹਨਾਂ ਦਾ ਘਰ ਆ ਤੁਸੀਂ ਓਪਨ ਦੇ ਵਿੱਚ ਲੈਟਰਿੰਗ ਗਿਆ ਅਤੇ ਲੀੜੇ ਖਿਲਰੇ ਨੇ, ਛੱਤ ਡਿੱਗੀ ਨੇ, ਅਤੇ ਜਦੋਂ ਕਿਤੇ ਮੀਂਹ ਆਉਂਦਾ ਬਰਸਾਤ ਆਉਂਦੀ ਆ ਉਦੋਂ ਕਿਸੇ ਦਾ ਸਹਾਰਾ ਮੰਗਦੇ ਨੇ, ਜੇ ਕਿਸੇ ਨੇ ਵਾੜ ਲਿਆ ਤਾਂ ਠੀਕ ਹੈ, ਨਹੀਂ ਤਾਂ ਗਲੀ 'ਚ, ਨਹੀਂ ਤਾਂ ਕਿਸੇ ਦੇ ਘਰ 'ਚ ਜਾ ਕੇ ਇਹਨਾਂ ਵਿਚਾਰਿਆਂ ਨੇ ਵਸੇਰਾ ਕਰਨਾ। ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਵਿਚਾਰਿਆਂ ਦਾ ਵੇਖੋ ਹਾਲ ਕੀ ਹੋ ਬਣਿਆ ਹੈ, ਉਹ ਗੱਲ ਵਿੱਚ ਇਸ ਤਰ੍ਹਾਂ ਇਕੱਠੀਆਂ ਬੋਤਲਾਂ ਕਰਕੇ ਅਤੇ ਆਪਣਾ ਤਾਂ ਵੇਖ ਇੱਧਰੋਂ ਕੀ ਖਿਲਾਰਾ ਪਿਆ ਆ ਅਤੇ ਫਿਰ ਚੱਲ ਜਾਂਦੀ ਆ, ਫਿਰ ਆ ਜਾਂਦੀ ਆ। ਮੈਨੂੰ ਦੱਸੋ ਵੀ ਘਰ ਦੇ ਹਾਲਾਤ ਕਿਉਂ ਇੰਨੇ ਮਾੜੇ ਹਾਲਾਤ 'ਚ ਨੇ? ਅਸੀਂ ਦੇਖਿਆ ਵੀ ਅੰਦਰ ਤਾਂ ਖਲੋਤਾ ਕਰਨ ਜਾ ਰਿਹਾ, ਤੁਸੀਂ ਸੌਂਦੇ ਕਿਸ ਤਰ੍ਹਾਂ ਸਾਰਾ ਪਰਿਵਾਰ ਇੱਥੇ? ਉਹ ਮਰਜ਼ੀ ਕਰਨ ਸੌਣਾ ਪੈਂਦਾ ਵਾ, ਨਹੀਂ ਬਣੀ ਨਹੀਂ ਬਣਿਆ ਨਹੀਂ। ਲੱਗਦਾ ਨਹੀਂ ਕਦੇ ਆਪਣੀ ਇੰਨੀ ਗਰੀਬੀ 'ਤੇ ਕਦੀ ਤਰਸ ਨਹੀਂ ਹੁੰਦਾ ਕੀ ਹਾਲਾਤ ਨੇ, ਕਦੀ ਵੀ ਕਿਸ ਤਰ੍ਹਾਂ ਦੀ ਜ਼ਿੰਦਗੀ ਆਪਾਂ ਰਹਿੰਦੇ ਹਾਂ, ਕਿਹੜੇ ਹਾਲਾਤਾਂ ਵਿੱਚ ਰਹਿੰਦੇ ਆਪਾਂ? ਮੈਂ ਬੇਨਤੀ ਕਰਨਾ ਚਾਹੁੰਦਾ ਭਗਵੰਤ ਮਾਨ ਸਾਹਿਬ ਅਤੇ ਹਲਕਾ ਜਗਸਵੀਰ MLA ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਡਾਕਟਰ ਸਾਹਿਬ ਇਹ ਗਰੀਬਾਂ ਲਈ ਵੀ ਧਿਆਨ ਦਿਓ। ਬੰਦੇ ਦਾ 10 ਦਿਨ ਹੋ ਗਏ ਨੇ, 15 ਦਿਨ ਉਹ ਇੱਕ ਦਵਾਈ ਤੋਂ ਬਿਹਤਰ ਹੋਇਆ ਪਿਆ, ਉਹਦੇ ਟੈਸਟ ਨਹੀਂ ਕੋਈ ਗੱਲ ਨਹੀਂ, ਕਦੀ ਉੱਥੇ ਲੰਮੇ ਪੈਂਦਾ ਕਦੀ ਉੱਥੇ ਲੰਮੇ ਪੈਂਦਾ, ਅਤੇ ਜਿਹੜਾ ਇਹਦਾ ਛੋਟਾ ਬੇਟਾ ਸੀ ਉਹ ਜਦੋਂ ਕਹਿੰਦੇ ਨਾ ਮਾੜੇ ਦਾ ਕੋਈ ਨਹੀਂ ਸਹਾਰਾ ਹੁੰਦਾ, ਜਿਹਨੇ ਫੜਿਆ ਗੁੱਟੋ ਅਤੇ ਉਹਨੇ ਲਾ ਲਿਆ ਕੰਮੀ, ਉਹਨੇ ਕੰਮ ਕਰਾ ਕੇ ਕਿਸੇ ਨੇ ਗੋਲੀ ਦੇ ਤੀ, ਕਿਸੇ ਨੇ ਬੀੜੀ ਪਿਆ ਤੀ, ਉਹ ਮੁੰਡੇ ਨੂੰ ਜ਼ਿਆਦਾ ਹੀ ਨਸ਼ਿਆਂ ਦੇ ਵਿੱਚ ਧੱਕ ਛੱਡਿਆ ਆ, ਇੱਕ ਘਰ ਦੇ ਗਰੀਬ ਦੇ ਬੱਚੇ ਨੂੰ। ਵੀ ਕਿੱਡੇ ਮਾੜੇ ਹਾਲਾਤ ਨੇ, ਅਤੇ ਗੌਰਮੈਂਟ ਨੂੰ, ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ, MLA ਸਾਹਿਬ ਨੂੰ ਜਾਂ NRI ਵੀਰਾਂ ਨੂੰ, PRA ਦੇ ਰਲ ਮਿਲ ਕੇ ਮਦਦ ਕਰੀਏ, ਜੋ ਬਣਦਾ ਉਹ ਮੇਰੇ ਕੋਲ ਵੀ ਸਰਦਾ ਬਣਦਾ ਮੈਂ ਵੀ ਮਦਦ ਕਰਾਂਗਾ, ਇੱਕ ਕੋਠਾ ਪਾ ਦਈਏ, ਇੱਕ ਕੋਠਾ ਪਵਾ ਕੇ ਇੱਕ ਲੈਟਰਿੰਗ ਬਣਾ ਦਈਏ ਇਹਨਾਂ ਦੀ, ਜਿਹੜੀ ਆ ਅੰਦਰ ਖਾਤੇ ਆਪਣਾ ਬੂਹਾ ਲਵਾ ਦਈਏ, ਛੱਤ ਪੈ ਜੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਕਪਤਗੜ੍ਹ ਦੇ ਉਸ ਘਰ ਦੀਆਂ, ਜਿਹੜਾ ਕਿ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਿਹਾ ਵਾ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਘਰ ਦਾ, ਜਿਹੜਾ ਮੁਖੀਆ ਵਾ ਸਰਦਾਰ ਚਰਮਲ ਸਿੰਘ ਉਸਦੇ ਕੀ ਹਾਲਾਤ ਨੇ? ਬਜ਼ੁਰਗ ਹੋ ਚੁੱਕਿਆ ਵਾ ਅਤੇ ਜਿਹੜੀ ਘਰ ਦੀ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਹਦੇ ਕਹਿੰਦੇ ਦਿਮਾਗੀ ਹਾਲਾਤ ਠੀਕ ਨਹੀਂ ਆ, ਉਹ ਜਿੰਨਾ ਵੀ ਬਾਹਰੋਂ ਬੋਤਲਾਂ ਜਾਂ ਹੋਰ ਜਿਹੜਾ ਕੂੜਾ ਕਰਕੇ ਕਰਕੇ ਸਾਰਾ ਜਿਹੜਾ ਘਰੇ ਲਿਆ ਦਿੰਦੀ ਆ, ਤੁਸੀਂ ਇੱਕ ਤਸਵੀਰਾਂ ਵੇਖ ਸਕਦੇ ਹੋ ਕੀ ਹਾਲਾਤ ਨੇ, ਕੀ ਲੱਗਦਾ ਵੀ ਅੱਜ ਦੇ ਜ਼ਮਾਨੇ 'ਚ ਇਸ ਤਰ੍ਹਾਂ ਦੇ ਘਰ ਵਿੱਚ ਵੀ ਕੋਈ ਜ਼ਿੰਦਗੀ ਬਤੀਤ ਕਰਦਾ ਹੋਊਗਾ, ਕੋਈ ਰਹਿੰਦਾ ਹੋਊਗਾ? ਮੈਨੂੰ ਲੱਗਦਾ ਵੀ ਜੇਕਰ ਡੰਗਰਾਂ ਦਾ ਵਾੜਾ ਕਹੀਏ ਉਹ ਵੀ ਇੱਥੋਂ ਜਿਹੜਾ ਚੰਗਾ ਹੋਊਗਾ, ਪਰ ਇਹਨਾਂ ਦਾ ਘਰ ਆ, ਤੁਸੀਂ ਹਾਲਾਤ ਦੇਖ ਲਓ ਕੀ ਹੈ। ਤੁਹਾਨੂੰ ਤਸਵੀਰਾਂ ਜਿਹੜੀਆਂ ਕੱਲੀ ਕੱਲੀਆਂ ਦਿਖਾ ਰਹੇ ਨੇ, ਘਰ ਦੇ ਹਾਲਾਤ ਦੇਖ ਲਓ ਕੀ ਨੇ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਘਰ ਦੀ, ਕੱਲੀ ਕੱਲੀ ਤੁਹਾਨੂੰ ਜਿਹੜੀ ਤਸਵੀਰ ਸਾਂਝੀ ਕੀਤੀ ਜਾ ਰਹੀ ਆ, ਇਹ ਹਾਲਾਤ ਨੇ।
ਅੰਮ੍ਰਿਤਸਰ ਦੇ ਖਪਤਗੜ੍ਹ ਦੀਆਂ, ਅਤੇ ਗੱਲਬਾਤ ਵੀ ਕਰਾਂਗੇ ਉਸ ਪਰਿਵਾਰ ਦੇ ਨਾਲ ਜਿਹੜਾ ਕਿ ਪਰਿਵਾਰ ਇੱਥੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਕਿ ਜ਼ਿੰਦਗੀ ਬਤੀਤ ਕਰ ਰਿਹਾ। ਅਤੇ ਤੁਸੀਂ ਦੇਖ ਸਕਦੇ ਹੋ ਅੱਜ ਮੁਹੱਲਾ ਨਿਵਾਸੀ ਜਿਹੜੇ ਇਕੱਠੇ ਹੋਏ ਨੇ, ਕਹਿੰਦੇ ਪਿਛਲੇ 20-25 ਸਾਲਾਂ ਤੋਂ ਜਿਹੇ ਪਰਿਵਾਰ ਦੇ ਅਜਿਹੇ ਹਾਲਾਤ ਨੇ। ਗੱਲ ਵੀ ਵਾਦ ਵੀ ਕਰਾਂਗੇ ਭੈਣ ਜੀ ਨਾਲ, ਭੈਣੇ ਕਿੰਨੇ ਸਮੇਂ ਤੋਂ ਇਸ ਤਰ੍ਹਾਂ ਦੇ ਹਾਲਾਤ ਰਹਿ ਰਹੇ ਨੇ, ਸ਼ੁਰੂ ਤੋਂ ਇਸ ਤਰ੍ਹਾਂ ਦੇ ਮਾੜੇ ਹਾਲਾਤ ਨੇ ਕਿ ਜਾਂ ਬਾਅਦ ਚੋਂ ਆਏ ਨੇ? ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ, ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਵਿਚਾਰਿਆਂ ਦਾ ਵੇਖੋ ਹਾਲ ਕੀ ਹੋ ਬਣਿਆ ਆ। ਅਤੇ ਉਹ ਗੱਲ ਵਿੱਚ ਇਤਰਾਂ ਇਕੱਠੀਆਂ ਬੋਤਲਾਂ ਕਰਕੇ ਅਤੇ ਆਪਣਾ ਤਾਂ ਵੇਖ ਇੱਧਰੋਂ ਕੀ ਖਿਲਾਰਾ ਪਿਆ ਆ, ਅਤੇ ਫਿਰ ਚੱਲ ਜਾਂਦੀ ਆ, ਫਿਰ ਆ ਜਾਂਦੀ ਆ, ਘਰ ਦਾ ਕੋਈ ਸਵਾਦ ਨਹੀਂ। ਇੱਕ ਮੁੰਡਾ ਉਹ ਅਮਲੀ ਆ ਅਤੇ ਇੱਕ ਕਮਾਈ ਕਰਦਾ, ਅਤੇ ਉਹ ਵਿਚਾਰਾ ਘਰ ਵਾਲਾ ਵੇਖੋ ਕਿੰਨਾ ਬਿਮਾਰ ਪਿਆ। ਅਤੇ ਮੈਨੂੰ ਇਸ ਤੋਂ ਵੀ ਅਸੀਂ ਦੇਖਿਆ ਇੱਕੋ ਕਮਰਾ ਵਾ, ਉਹਦੀ ਛੱਤ ਟੁੱਟੀ ਪਈ ਆ, ਬਾਲੇ ਜਿਹੜੇ ਨੇ ਉਹ ਥਾਂ ਥਾਂ ਤੋਂ ਟਿਰੇ ਨੇ, ਪਤਾ ਨਹੀਂ ਕਿਹੜੇ ਵਾਲੀ ਛੱਤ ਡਿੱਗ ਸਕਦੀ ਆ, ਇਸ ਤਰ੍ਹਾਂ ਦੇ ਹਾਲਾਤ ਨੇ। ਇਹ ਫਿਰ ਸਾਰਾ ਪਰਿਵਾਰ ਸੌਂਦੇ ਕਿੱਥੇ ਨੇ? ਇੱਧਰ ਗਲੀ ਦੇ ਵਿੱਚ ਸੌਂ ਜਾਂਦੇ ਆ, ਕਦੀ ਅੰਦਰ ਚੱਲ ਜਾਂਦੇ, ਕਦੀ ਗਲੀ ਦੇ ਵਿੱਚ ਹੁੰਦੇ ਆ, ਆਹੋ ਹੀ ਆ ਕੁਛ। ਆਹੋ, ਅਤੇ ਮੈਨੂੰ ਦੱਸੋ ਵੀ ਹਾਲਾਤ ਕਿਉਂ ਨਹੀਂ ਸੁਧਰੇ ਅੱਜ ਤੱਕ ਇਹਨਾਂ ਦੇ, ਇਹਨਾਂ ਦੀ ਜਿਹੜੀ ਸਰਦਾਰ ਚਰਮਾ ਸਿੰਘ ਜਿਹੜੀ ਘਰਵਾਲੀ ਆ, ਉਹਨਾਂ ਨੂੰ ਹੋਇਆ ਕੀ ਆ? ਉਹਨੂੰ ਹੋਣਾ ਕੀ, ਜੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਹੈ, ਜਦੋਂ ਦੀ ਵਿਆਹੀ ਆਈ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈਗੇ, ਮਾੜੀ ਮੋਟੀਆਂ ਰੋਟੀਆਂ ਪਕਾ ਲੈਂਦੀ ਆ, ਅਤੇ ਚਲੋ ਖਾ ਲੈਂਦੀ, ਬਾਹਰੋਂ ਲੈ ਆਉਣਾ ਹੈ, ਉਹਨੇ ਬਣੀ ਬਣਾਤੀ ਸਬਜ਼ੀ ਅਤੇ ਚੱਲ ਆਪਣਾ ਟਾਈਮ ਪਾਸ ਕਰਦੀ। ਅਤੇ ਮੈਨੂੰ ਇਸ ਤੋਂ ਅਸੀਂ ਦੇਖਿਆ ਵੀ ਅੰਦਰ 'ਤੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ ਉਹ ਬਹੁਤ ਇਕੱਠੀਆਂ ਕੀਤੀਆਂ ਹੋਈਆਂ ਨੇ, ਕੋਈ ਕਾਰੋਬਾਰ ਕਰਦੀ ਆ ਬੋਤਲਾਂ ਦਾ, ਕਿੱਥੋਂ ਲਿਆਉਂਦੀ ਇਕੱਠੀ ਕਰਕੇ? ਅਤੇ ਵੇਚ ਕੇ ਤਾਂ ਇੱਥੇ ਆਉਂਦੇ ਆ ਭਾਈ, ਉਹਨਾਂ ਨੂੰ ਦੇ ਦਿੰਦੀ ਆ, ਵੇਚ ਕੇ ਤਾਂ ਆਪਣਾ ਕੋਈ ਖਾ ਪੀ ਲੈਂਦੀ, ਹੋਰ ਇਹਨੇ ਕੀ ਕਰਨਾ? ਆਹੋ, ਹੋਰ ਨਹੀਂ ਕੋਈ ਗੱਲ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਖਪਤਗੜ੍ਹ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਉਸ ਘਰ ਦੀਆਂ ਜਿਹੜਾ ਕਿ ਸਰਦਾਰ ਚਰਮਤ ਸਿੰਘ ਦਾ ਘਰ ਆ, ਉਹਨਾਂ ਜਿਹੜੀ ਧਰਮ ਪਤਨੀ ਆ, ਉਹਨਾਂ ਦੇ ਦਿਮਾਗੀ ਹਾਲਾਤ ਜਿਹੜੇ ਠੀਕ ਨਹੀਂ ਆ। ਇੱਕ ਪੁੱਤਰ ਆ ਜਿਹੜਾ ਕਿ ਉਹ ਨਸ਼ੇ ਦੇ ਆਦੀ ਸੀ, ਅਤੇ ਇੱਕ ਜਿਹੜਾ ਪੁੱਤਰ ਆ ਉਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ। ਪਰ ਤੁਸੀਂ ਦੇਖ ਸਕਦੇ ਹੋ ਵੀ ਇਸ ਪਰਿਵਾਰ ਵਿੱਚ ਨਾ ਤਾਂ ਕੋਈ ਰਸੋਈ ਬਣੀ ਆ ਜਿਸ 'ਚ ਕਿ ਰੋਟੀ ਰੋਟੀ ਪਕਾ ਸਕੇ, ਇੱਕ ਚੁੱਲ੍ਹਾ ਜਿਹੜਾ ਜ਼ਰੂਰ ਰੱਖਿਆ ਵਾ, ਅਤੇ ਉਸ ਤੋਂ ਬਾਅਦ ਇੱਕ ਲੈਟਰਿਨ ਬਾਥਰੂਮ ਰੱਖੀ ਗਈ ਆ, ਉਹ ਲੈਟਰਿਨ ਦੇ ਨਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਛੱਤ ਆ, ਨਾ ਕਿਸੇ ਤਰ੍ਹਾਂ ਦੀ ਕੋਈ ਦੀਵਾਰ ਆ, ਜਿਹੜੀ ਕਿ ਬਿਲਕੁਲ ਓਪਨ ਆ। ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ, ਵੱਧ ਤੋਂ ਬਦਤਰ ਜਿਹੜੀ ਪਰਿਵਾਰ ਜਿਹੜੀ ਜ਼ਿੰਦਗੀ ਬਤੀਤ ਕਰ ਰਿਹਾ। ਅੱਜ ਦੇ ਜ਼ਮਾਨੇ 'ਚ ਵੀ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਨੇ ਜਿਹੜੇ ਕਿ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਨੇ। ਤੁਹਾਨੂੰ ਤਸਵੀਰ ਵਿਖਾ ਰਹੇ ਅੰਮ੍ਰਿਤਸਰ ਦੇ ਖਪਤਗੜ੍ਹ ਦੀਆਂ, ਗੱਲਬਾਤ ਵੀ ਕਰਾਂਗੇ ਹੋਰ ਮਾਤਾ ਜੀ ਨਾਲ। ਮਾਤਾ ਜੀ, ਕਿਉਂ ਇਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ, ਕਿਉਂ ਨਹੀਂ ਇਸ ਤਰ੍ਹਾਂ ਹਾਲਾਤ ਸੁਧਰੇ ਇਹਨਾਂ ਦੇ? ਇਹ ਤਾਂ ਸ਼ੁਰੂ ਤੋਂ ਹੀ ਜੇ ਉਹ ਆਈ ਹੈ ਵਿਚਾਰੀ ਵਿਆਹੀ, ਉਦੋਂ ਤੋਂ ਹੀ ਇਹਦੇ ਮਾੜੇ ਹਾਲਾਤ ਆ, ਅਤੇ ਇਸ ਤਰ੍ਹਾਂ ਬੋਤਲਾਂ ਬਾਤਲਾਂ ਚੁਗਣ ਜਾਂਦੀ ਹੈ, ਅਤੇ ਘਰ ਦਾ ਕੁਛ ਸਵਾਦ ਦੀ ਬਣਾਉਂਦੀ ਨਹੀਂ, ਇਸ ਤਰ੍ਹਾਂ ਖਿਲਾਰਾ ਜਿਹਾ ਪਾ ਛੱਡਦੀ। ਹਾਂਜੀ, ਅਤੇ ਅਸੀਂ ਦੇਖਿਆ ਵੀ ਕੀ ਲੱਗਦਾ ਵੀ ਇਸ ਤਰ੍ਹਾਂ ਦੇ ਪਰਿਵਾਰ ਵਿੱਚ ਕੋਈ ਰਹਿ ਸਕਦਾ ਵਾ? ਅਸੀਂ ਦੇਖਦੇ ਵੀ ਡੰਗਰਾਂ ਦਾ ਜਿਹੜਾ ਵਾੜਾ ਹੁੰਦਾ ਉਹ ਵੀ ਕਿਤੇ ਚੰਗਾ ਹੁੰਦਾ, ਪਰ ਇਹ ਵੀ ਤੋਂ ਉਹ ਤੋਂ ਵੀ ਜਿਹੜਾ ਕਿ ਮਾੜੇ ਹਾਲਾਤ ਨੇ ਪਰਿਵਾਰ ਦੇ। ਹਾਂਜੀ, ਉਹ ਤੋਂ ਜ਼ਿਆਦਾ ਮਾੜਾ ਹਾਲਾਤ ਆ ਪਰਿਵਾਰ ਨੂੰ। ਅਤੇ ਮੈਨੂੰ ਇਸ ਵੀ ਪਰਿਵਾਰ ਦੀ ਹਾਲਾਤ ਕਿਉਂ ਨਹੀਂ ਸੁਧਰੇ ਅੱਜ ਤੱਕ? ਕੋਈ ਸਰਕਾਰੀ ਸਹੂਲਤ ਮਿਲਦੀ ਇਹਨਾਂ ਨੂੰ, ਕੋਈ ਰਾਸ਼ਨ ਕਾਰਡ, ਕੋਈ ਕਣਕ ਵਗੈਰਾ ਜਾਂ ਬੱਤੀ ਮਾਫ ਦੀ ਕੋਈ ਸਹੂਲਤ ਹੈਗੀ ਕਿਸੇ ਦਿਨ ਕੋਈ? ਹਾਂਜੀ, ਨਾ ਜੀ, ਨਾ ਇਹਨਾਂ ਦਾ ਕੋਈ ਆਧਾਰ ਕਾਰਡ ਆ, ਨਾ ਕੋਈ ਕੁਛ ਆ, ਨਾ ਇਹਨਾਂ ਨੂੰ ਕਣਕ ਮਿਲਦੀ, ਨਾ ਕੁਛ ਮਿਲਦਾ ਸਰਕਾਰ ਵੱਲ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਜ਼ਰੂਰ ਖਾਈਆਂ ਨੇ ਅੰਮ੍ਰਿਤਸਰ ਦੇ ਖਪਤਗੜ੍ਹ ਦੀਆਂ। ਅੱਜ ਵੀ ਪਰਿਵਾਰ ਇਸ ਤਰ੍ਹਾਂ ਦਾ ਵਾ ਸਾਡੇ, ਜਿੱਥੇ ਕਿ ਪ੍ਰਵਾਸੀ ਭਰਾ ਨੇ ਉਹਨਾਂ ਦੇ ਜਿਹੜੇ ਆਧਾਰ ਕਾਰਡ, ਵੋਟਰ ਕਾਰਡ, ਖਾਸ ਕਰਕੇ ਉਹਨਾਂ ਦੇ ਜਿਹੜੇ ਕਿ ਰਾਸ਼ਨ ਕਾਰਡ ਜਿਹੜੇ ਬਣ ਗਏ ਨੇ। ਪਰ ਅੱਜ ਵੀ ਅਜਿਹਾ ਇੱਕ ਪੰਜਾਬੀ ਪਰਿਵਾਰ ਆ ਜਿਨ੍ਹਾਂ ਦੇ ਅੱਜ ਤੱਕ ਨਾ ਤਾਂ ਆਧਾਰ ਕਾਰਡ ਬਣ ਸਕਿਆ ਅਤੇ ਨਾ ਹੀ ਪਰਿਵਾਰ ਦਾ ਕੋਈ ਰਾਸ਼ਨ ਕਾਰਡ ਬਣ ਸਕਿਆ। ਕਿਸਾਨ ਆਗੂ ਜਤਿੰਦਰ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਬਾਈ ਦੇ ਨਾਲ। ਜਤਿੰਦਰ ਸਿੰਘ ਜੀ, ਅੱਜ ਪਰਿਵਾਰ ਦੇ ਹਾਲਾਤ ਦੇਖੇ, ਬੜੇ ਤਰਸਯੋਗ ਹਾਲਾਤ ਨੇ, ਕੀ ਲੱਗਦਾ ਵੀ ਅੱਜ ਵੀ ਸਾਡੇ ਪੰਜਾਬੀਆਂ ਦੀ ਸਾਹ ਲੈਣ ਵਾਸਤੇ ਕੋਈ ਨਹੀਂ ਬੋਲਿਆ? ਪ੍ਰਵਾਸੀਆਂ ਦੇ ਮੈਂ ਜਿਵੇਂ ਗੱਲ ਕੀਤੀ ਵੀ ਉਹਨਾਂ ਦੇ ਆਧਾਰ ਕਾਰਡ, ਵੋਟਰ ਕਾਰਡ ਬਣ ਗਏ ਨੇ, ਸਹੂਲਤਾਂ ਲੈ ਰਹੇ ਨੇ, ਕਣਕ ਤੱਕ ਲੈ ਰਹੇ ਨੇ, ਪਰ ਸਾਡੇ ਜਿਹੜੇ ਪੰਜਾਬੀ ਭਰਾ ਨੇ ਅੱਜ ਵੀ ਸਹੂਲਤਾਂ ਤੋਂ ਵਾਂਝੇ ਨੇ। ਬਿਲਕੁਲ ਜੀ, ਇਹ ਬੜੀ ਮਾੜੀ ਗੱਲ ਹੈ ਅਤੇ ਬੜੀ ਸ਼ਰਮ ਵਾਲੀ ਗੱਲ ਹੈ ਵੀ ਇੱਕ ਪ੍ਰਵਾਸੀ ਪਰਿਵਾਰ ਬਾਹਰੋਂ ਆਣ ਕੇ ਆਧਾਰ ਕਾਰਡ ਬਣਾ ਕੇ ਵੋਟ ਦਾ ਹੱਕਦਾਰ ਬਣ ਸਕਦਾ, ਇੱਥੋਂ ਦੇ ਵਸਨੀਕ ਜਿਹੜੇ ਨੇ ਉਹ ਕਿਉਂ ਨਹੀਂ? ਬੜੀ ਤਕੜੀ ਗੱਲ ਹੈ, ਮਾੜੀ ਗੱਲ ਵੀ ਆ।
ਤੇ ਇਸ ਪਰਿਵਾਰ ਨੇ ਜਦੋਂ ਤੋਂ ਗਰੀਬੀ ਦਾ ਝੱਲਾ ਝੱਲਿਆ, ਇੱਕ ਮਾਤਾ ਜਿਹੜੀ ਇਹਨਾਂ ਦੀ ਵਾਈਫ ਆ ਆਪਣਾ ਸਿਰਸੋਂ ਦੀ, ਉਹ ਇੱਕ ਦਿਮਾਗੀ ਹਾਲਾਤ ਜਦੋਂ ਟੈਂਸ਼ਨ ਦੇ ਵਿੱਚ ਰਹਿ ਕੇ ਖਰਾਬ ਹੋਣ ਕਰਕੇ ਅਤੇ ਘਰ ਦੇ ਹਾਲਾਤ ਹੀ ਸਾਰੇ ਖਰਾਬ ਹੋ ਗਿਆ, ਤੁਸੀਂ ਵੇਖ ਸਕਦੇ ਜੇ, ਓਪਨ ਦੇ ਵਿੱਚ ਲੈਟਰਿੰਗ ਗਿਆ ਅਤੇ ਲੀੜੇ ਖਿਲਰੇ ਨੇ, ਛੱਤ ਡਿੱਗੀ ਨੇ, ਅਤੇ ਜਦੋਂ ਕਿਤੇ ਮੀਂਹ ਆਉਂਦਾ ਬਰਸਾਤ ਆਉਂਦੀ ਆ ਉਦੋਂ ਕਿਸੇ ਦਾ ਸਹਾਰਾ ਮੰਗਦੇ ਨੇ, ਜੇ ਕਿਸੇ ਨੇ ਵਾੜ ਲਿਆ ਤਾਂ ਠੀਕ ਹੈ, ਨਹੀਂ ਤਾਂ ਗਲੀ 'ਚ, ਨਹੀਂ ਤਾਂ ਕਿਸੇ ਦੇ ਘਰ 'ਚ ਜਾ ਕੇ ਇਹਨਾਂ ਵਿਚਾਰਿਆਂ ਨੇ ਵਸੇਰਾ ਕਰਨਾ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਧੀ ਵੀ ਸੀ, ਧੀ ਸਾਰੇ ਪਿੰਡ ਵਾਸੀਆਂ ਨੇ ਰਲ ਕੇ ਅਤੇ ਉਹਦੀ ਮੈਰਿਜ ਕੀਤੀ ਆ, ਉਹ ਆਪਣੇ ਘਰ ਵਿਚਾਰੀ ਸੁਖੀ ਆ ਵੀ ਚਲੋ ਰਹਿ ਰਹੀ ਆ। ਅਤੇ ਬਾਕੀ ਮੈਂ ਤਾਂ ਇੱਕ ਗੱਲ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਭਗਵੰਤ ਮਾਨ ਸਾਹਿਬ ਅਤੇ ਹਲਕਾ ਜਗਸਵੀਰ MLA ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਡਾਕਟਰ ਸਾਹਿਬ ਇਹ ਗਰੀਬਾਂ ਲਈ ਵੀ ਧਿਆਨ ਦਿਓ, ਵੇਖੋ ਜੀ ਕਿੰਨੇ ਮਾੜੇ ਹਾਲਾਤ ਨੇ ਘਰ ਦੇ, ਤੁਸੀਂ ਵੇਖੋਗੇ ਅਤੇ ਇਸ ਰੋਣ ਆਊਗਾ ਵੀ ਇਹ ਘਰ ਦੇ ਹਾਲਾਤ ਕਿੰਨੇ ਮਾੜੇ ਨੇ। ਮੈਂ ਦੱਸਣਾ ਚਾਹੁੰਦਾ ਵੀ ਬੰਦੇ ਦਾ 10 ਦਿਨ ਹੋ ਗਏ ਨੇ, 15 ਦਿਨ ਉਹ ਇੱਕ ਦਵਾਈ ਤੋਂ ਬਿਹਤਰ ਹੋਇਆ ਪਿਆ, ਉਹਦੇ ਟੈਸਟ ਨਹੀਂ ਕੋਈ ਗੱਲ ਨਹੀਂ, ਕਦੀ ਉੱਥੇ ਲੰਮੇ ਪੈਂਦਾ ਕਦੀ ਉੱਥੇ ਲੰਮੇ ਪੈਂਦਾ। ਅਤੇ ਜਿਹੜਾ ਇਹਦਾ ਛੋਟਾ ਬੇਟਾ ਸੀ ਉਹ ਜਦੋਂ ਕਹਿੰਦੇ ਨਾ ਮਾੜੇ ਦਾ ਕੋਈ ਨਹੀਂ ਸਹਾਰਾ ਹੁੰਦਾ, ਜਿਹਨੇ ਫੜਿਆ ਗੁੱਟੋ ਅਤੇ ਉਹਨੇ ਲਾ ਲਿਆ ਕੰਮੀ, ਉਹਨੇ ਕੰਮ ਕਰਾ ਕੇ ਕਿਸੇ ਨੇ ਗੋਲੀ ਦੇ ਤੀ, ਕਿਸੇ ਨੇ ਬੀੜੀ ਪਿਆ ਤੀ, ਉਹ ਮੁੰਡੇ ਨੂੰ ਜ਼ਿਆਦਾ ਹੀ ਨਸ਼ਿਆਂ ਦੇ ਵਿੱਚ ਧੱਕ ਛੱਡਿਆ ਆ ਇੱਕ ਘਰ ਦੇ ਗਰੀਬ ਦੇ ਬੱਚੇ ਨੂੰ। ਅਤੇ ਹੁਣ ਜਦੋਂ ਗਰੀਬ ਦਾ ਬੱਚਾ ਨਸ਼ਿਆਂ 'ਚ ਪੈ ਗਿਆ, ਨਸ਼ੇ ਤਾਂ ਚਲੋ ਕਰਦਾ ਵਿਚਾਰਾ, ਕਰਦਾ ਵੀ ਮਾੜੇ ਚੰਗੇ, ਪਰ ਇਸ ਘਰ ਦੀ ਹਾਲਾਤ ਐਡੇ ਕੁ ਜ਼ਿਆਦਾ ਨਰਕ ਭਰੇ ਆ ਨਾ, ਜੇ ਜ਼ਿੰਦਗੀ 'ਚ ਨਰਕ ਵੇਖਣਾ ਤਾਂ ਇਹਦੇ ਨਾਲ ਦਾ ਨਰਕ ਕੋਈ ਨਹੀਂ। ਤਾਂ ਮੈਂ ਸਰਕਾਰ ਅਗਲੀ ਬੇਨਤੀ ਫਿਰ ਕਰਨਾ ਚਾਹੁੰਦਾ, ਮਾਨ ਸਾਹਿਬ ਇਹਨਾਂ ਗਰੀਬਾਂ ਨੂੰ ਧਿਆਨ ਦਿਓ, ਵੇਖੋ ਆਪ ਮਹਾਂ ਪਰ ਗੱਲ ਕਰੀਏ, ਹਮੇਸ਼ਾ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਸਰਕਾਰ ਦੀ ਗੱਲ ਕਰਦੇ ਹਾਂ, ਭਗਵੰਤ ਸਿੰਘ ਮਾਨ ਕਹਿੰਦੇ ਨੇ ਵੀ ਗਰੀਬਾਂ ਦੇ ਲੋਕਾਂ ਵਾਸਤੇ ਸਹੂਲਤਾਂ ਬਣਾਈਆਂ ਨੇ, ਉਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਅਤੇ ਉਹਨਾਂ ਨੂੰ ਜਿਹੜਾ ਕਿ ਸਰਕਾਰ ਦੀਆਂ ਸਕੀਮਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਕਹਿੰਦੇ ਰਾਸ਼ਨ ਕਾਰਡ ਤੱਕ ਜਿਹੜਾ 2 ਰੁਪਏ ਕਿਲੋ ਕਣਕ ਦਿੱਤੀ ਜਾਂਦੀ ਆ, ਪਰ ਅਸੀਂ ਦੇਖਿਆ ਇਸ ਪਰਿਵਾਰ ਦੇ ਨਾਂ 'ਤੇ ਅੱਜ ਤੱਕ ਆਧਾਰ ਕਾਰਡ ਬਣੇ ਨੇ, ਨਾ ਹੀ ਪਰਿਵਾਰ ਨੂੰ ਕਣਕ ਮਿਲੀ ਆ। ਅਤੇ ਜਿਹਦੇ ਕਹਿੰਦੇ ਇਕੱਲੇ ਕੱਚੇ ਕੋਠਿਆਂ ਜਿਹੜੇ ਕਿ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਅਸੀਂ ਦੇਖਿਆ ਵੀ ਇੱਕੋ ਕਮਰਾ ਉਹ ਵੀ ਜਿਹੜਾ ਵਾ ਢਹਿ ਢਹਿ ਹੋ ਰਿਹਾ, ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਜੇ ਅਤੇ ਪਰਿਵਾਰ ਦੇ ਮਾੜੇ ਜਿਹੜੇ ਕਿ ਦੇਣੇ ਆ ਉਹ ਆ ਸਕਦੇ ਨੇ। ਮੈਂ ਨਾ ਤੁਹਾਡੇ ਸਾਹਮਣੇ ਆ, ਜਿਹੜੇ ਛੱਤਾਂ ਦੇ ਪੈਸੇ ਨੇ ਉਹ ਕਾਗਜ਼ਾਂ 'ਚ ਮਿਲੇ ਨੇ, ਹਕੀਕਤ 'ਚ ਨਹੀਂ ਮਿਲੇ, ਹਕੀਕਤ ਸਾਹਮਣੇ ਆ ਤੁਹਾਡੇ। ਜੇ ਹਕੀਕਤ 'ਚ ਮਿਲੇ ਆ, ਪਰਿਵਾਰ ਬੈਠਾ ਪਿੰਡ ਵਾਸੀ ਖਲੋਤਾ, ਇਹਨਾਂ ਨੂੰ ਪੁੱਛੋ ਵੀ ਕਿੰਨਿਆਂ ਘਰਾਂ ਨੂੰ ਪੈਸੇ ਮਿਲੇ ਨੇ, ਕਾਗਜ਼ੀ ਮਿਲੇ ਨੇ। ਜਿਹੜੀ ਰਹੀ ਕਣਕ, ਉਹ ਕਣਕ ਭਾਅ ਜੀ ਗੱਡੀਆਂ ਵਾਲਿਆਂ ਨੂੰ ਮਿਲਦੀ ਆ, ਨੌਕਰੀ ਪੇਸ਼ੇ ਵਾਲਿਆਂ ਨੂੰ ਮਿਲਦੀ ਆ, ਗਰੀਬਾਂ ਨੂੰ ਕੋਈ ਸਹੂਲਤ ਨਹੀਂ। ਆਹ ਗਰੀਬ ਬੈਠੇ ਨੇ, ਪੁੱਛੋ ਇਹਨਾਂ ਨੂੰ ਕਿੰਨੀ ਕੁ ਕਣਕ ਮਿਲੀ ਆ। ਉਹ ਕਣਕ ਛੱਡੋ, ਇਹਨਾਂ ਦਾ ਆਧਾਰ ਕਾਰਡ ਨਹੀਂ ਵਿਚਾਰਿਆਂ ਦਾ ਕੋਈ ਬਣਾ ਸਕਿਆ। ਜੇ ਪਿੰਡ ਨੇ ਰਲ ਮਿਲ ਕੇ ਕੋਈ ਸੰਯੋਗ ਕੀਤਾ ਤਾਂ ਮਾੜਾ ਚੰਗਾ ਇਹਨਾਂ ਦੀ ਧੀ ਵਿਆਹੀ ਆ, ਕੋਈ ਰੋਟੀ ਪਾਣੀ ਦਿੰਦੇ ਨੇ। ਬਾਕੀ ਜਿਹੜੀ ਗੱਲ ਆਖੋਗੇ ਨਾ ਤੁਸੀਂ, ਅਤੇ ਮੈਂ ਤਾਂ ਇੱਕ ਗੱਲ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੀ ਆ ਬਾਲਿਆਂ ਦੇ ਪੈਸੇ ਜਿਹੜੇ ਗਰੀਬਾਂ ਨੂੰ ਮਿਲਦੇ ਸੀ ਨਾ, ਉਹ ਤਾਂ ਹੋਰ ਕੋਈ ਲੈ ਕੇ ਬੈਠੇ ਨੇ, ਉਹ ਕਾਗਜ਼ੀ ਲੈ ਕੇ ਬੈਠੇ ਨੇ, ਉਹ ਤਾਂ AC ਵਾਲੇ ਕਮਰੇ 'ਚ ਬੈਠੇ ਨੇ, ਪਰ ਗਰੀਬਾਂ ਨੂੰ ਨਹੀਂ ਜੇ ਮਿਲਦੇ, ਉਹ ਕਾਗਜ਼ੀ ਗੱਲਾਂ ਬਾਤਾਂ। ਕੀ ਲੱਗਦਾ ਵੀ ਹਲਕੇ ਦੇ MLA ਜਿਹੜੇ ਡਾਕਟਰ ਜਸਮੀਤ ਸਿੰਘ ਨੇ, ਉਹਨਾਂ ਦੇ ਹਲਕਾ ਆ ਹਲਕਾ ਵੈਸਟ ਪੈਂਦਾ, ਕੀ ਲੱਗਦਾ ਉਹਨਾਂ ਨੂੰ ਆ ਕੇ ਸਾਰ ਲੈਣੀ ਚਾਹੀਦੀ ਆ, ਆ ਕੇ ਪਤਾ ਲੈਣਾ ਚਾਹੀਦਾ ਕਿਉਂਕਿ ਮਾੜੇ ਹਾਲਾਤ ਨੇ, ਮਾੜਾ ਪਰਿਵਾਰ ਆ, ਆ ਕੇ ਸਾਰ ਲੈਣ ਤਾਂ ਜੋ ਕਿ ਇਹ ਜਿਹੜੇ ਪਰਿਵਾਰ ਨੇ ਇਹ ਫਿਰ ਤੋਂ ਉੱਠ ਸਕਣ, ਕਿਉਂਕਿ ਪਰਿਵਾਰ ਦੇ ਬੜੇ ਮਾੜੇ ਹਾਲਾਤ ਨੇ। ਅਸੀਂ ਦੇਖਿਆ ਇੱਕ ਫੋਲਡਿੰਗ ਮੰਜਾ, ਉੱਤੇ ਵੀ ਜਿਹੜੇ ਕਿ ਕੱਪੜਿਆਂ ਢੇਰ ਲੱਗਾ ਪਿਆ ਗੰਦਿਆਂ ਦਾ, ਅਤੇ ਰੋਟੀਆਂ ਤੱਕ ਜਿਹੜੀਆਂ ਨੇ ਉਹ ਜਿਹੜੀਆਂ ਮਾਤਾ ਕਹਿੰਦੇ ਸੀ ਜਿਹੜੀ ਠੀਕ ਨਹੀਂ ਦਿਮਾਗੀ ਹਾਲਾਤ ਤੋਂ, ਉਹ ਰੋਟੀਆਂ ਲਾਹ ਲਾ ਕੇ ਜਿਹੜੀਆਂ ਸੁੱਟੀਆਂ ਨੇ। ਕੀ ਹਾਲਾਤ ਨੇ, ਕੀ ਲੱਗਦਾ ਕਿ ਅੰਨ ਦੀ ਬੇਅਦਬੀ ਹੁੰਦੀ ਕਿਤੇ? ਬਿਲਕੁਲ ਜੀ ਬਿਲਕੁਲ, ਉਹ ਜਿੱਦਾਂ ਕਿਸੇ ਨੇ 2 ਰੋਟੀਆਂ ਫੜਾ ਤੀਆਂ ਵੀ ਚਲੋ ਖਾ ਲਾ, ਜੇ ਖਾ ਲੀਆਂ ਬਾਕੀ ਰੱਖ ਤੀਆਂ, ਨਹੀਂ ਤਾਂ ਪਕਾਉਣ ਵਾਲਾ ਨਹੀਂ ਕੋਈ ਜਦੋਂ ਹੈਗਾ ਸਹੀ, ਨਹੀਂ ਤਾਂ ਫਿਰ ਕੀ ਕਰਾਂਗੇ। ਦੂਜੀ ਗੱਲ ਰਹੀ ਡਾਕਟਰ MLA ਜਸਵੀਰ ਦੀ, ਮੈਂ ਤਾਂ ਹਲਕਾ ਫਿਰ MLA ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, MLA ਸਾਹਿਬ ਇੱਕ ਰਾਤ ਦੁਨੀਆ ਦੇ ਵਿੱਚ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਵਿਚਰੀਏ, ਆਪਾਂ ਦੁੱਖ ਸੁੱਖ ਸੁਣੀਏ,
ਕਿਹੜਾ ਦੁਖੀ ਆ ਕਿਹੜਾ ਸੁਖੀ ਆ। ਵੇਖੋ ਜੀ, ਆਪਾਂ ਜਦੋਂ ਵੋਟਾਂ ਪਾ ਕੇ ਤੁਹਾਨੂੰ ਚੁਣਿਆ ਤੇ ਤੁਹਾਡਾ ਵੀ ਥੋੜਾ ਜਿਹਾ ਹੱਕ ਬਣਦਾ ਵੀ ਤੁਸੀਂ ਇੱਕ ਆਣ ਕੇ ਗਰੀਬਾਂ ਦੀ ਸਾਰ ਲਓ। ਜੇ ਤੁਸੀਂ ਨਹੀਂ ਸਾਰ ਲੈਣੀ ਤੇ ਹੋਰ ਕਿੰਨਾ ਲੈਣੀ ਆ। ਮੌਕੇ ਦੇ MLA ਸਾਹਿਬ ਜੇ ਚੰਗੇ ਜੇ, ਮਾੜੇ ਨਹੀਂ ਜੇ, ਚੰਗੇ ਜੇ, ਪਰ ਲੋਕਾਂ ਦੀ ਸਾਰ ਵੀ ਪੁੱਛੋ ਆਣ ਕੇ। ਪਰ ਕੀ ਲੱਗਦਾ ਵੀ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ, ਕਹਿੰਦੇ ਵੀ ਨੱਕ ਪਰ ਜ਼ਿੰਦਗੀ ਬਤੀਤ ਕਰ ਰਹੇ ਨੇ, ਕਹਿੰਦੇ ਇਸ ਤਰ੍ਹਾਂ ਦੇ ਮਾੜੇ ਹਾਲਾਤ ਅਤੇ ਕਹਿੰਦੇ ਡੰਗਰਾਂ ਦਾ ਵਾੜਾ ਜਿਹੜਾ ਉਹ ਵੀ ਚੰਗਾ ਹੁੰਦਾ ਵਾ, ਕਿਸ ਤਰ੍ਹਾਂ ਦੇ ਕੀ ਹਾਲਾਤਾਂ ਨੇ ਪਰਿਵਾਰ ਨੇ? ਬਿਲਕੁਲ ਜੀ, ਡੰਗਰਾਂ ਦਾ ਵਾੜਾ ਵੀ ਚੰਗਾ ਇਸ ਘਰ ਦੇ ਨਾਲੋਂ, ਜੇ ਡੰਗਰਾਂ ਦਾ ਵਾੜਾ ਵੀ ਚੰਗਾ ਉਹ ਵੀ ਹਾਲਾਤ। ਵੇਖੋ ਤੁਸੀਂ ਅੰਦਰ ਜਾ ਕੇ, ਮੈਂ ਤਾਂ ਗੱਲ ਕਹਿਣਾ ਕੈਮਰਾਮੈਨ ਸਾਹਿਬ ਨੂੰ ਵੀ ਇੱਕ ਵਾਰ ਸਾਰੇ ਘਰ ਦੀ ਝਾਤੀ ਵਿਖਾ ਮਾਰਾ ਦਿਓ ਵੀ ਕਿੱਡੇ ਮਾੜੇ ਹਾਲਾਤ ਨੇ। ਅਤੇ ਗੌਰਮੈਂਟ ਨੂੰ, ਸਰਕਾਰ ਨੂੰ, ਜਾਂ ਪੰਜਾਬ ਸਰਕਾਰ ਨੂੰ, MLA ਸਾਹਿਬ ਨੂੰ, ਜਾਂ NRI ਵੀਰਾਂ ਨੂੰ, PRA ਦੇ ਰਲ ਮਿਲ ਕੇ ਮਦਦ ਕਰੀਏ। ਜੋ ਬਣਦਾ ਉਹ ਮੇਰੇ ਕੋਲ ਵੀ ਸਰਦਾ ਬਣਦਾ, ਮੈਂ ਵੀ ਮਦਦ ਕਰਾਂਗਾ। ਇੱਕ ਕੋਠਾ ਪਾ ਦਈਏ, ਇੱਕ ਕੋਠਾ ਪਵਾ ਕੇ ਇੱਕ ਲੈਟਰਿੰਗ ਬਣਾ ਦਈਏ ਇਹਨਾਂ ਦੀ, ਜਿਹੜੀ ਆ ਅੰਦਰ ਖਾਤੇ ਆਪਣਾ ਬੂਹਾ ਲਵਾ ਦਈਏ, ਛੱਤ ਪੈ ਜੇ ਅਤੇ ਉਹ ਹੋ ਜਾਏ ਇੰਨਾ ਕੁ ਹੀਲਾ। ਬਸ ਇੰਨਾ ਕੁ ਸਰਕਾਰ ਵਾਲੀ ਬੇਨਤੀ ਆ ਵੀ ਇੱਕ ਇਹਨਾਂ ਦਾ ਛੱਤ ਦੇ ਦਈਏ, ਜਿਹੜਾ ਮੀਂਹ ਸਿਰ 'ਤੇ ਜਿਹੜਾ ਆਉਂਦਾ ਨਾ, ਜਦੋਂ ਇਹ ਕਿਸੇ ਦੇ ਘਰ ਜਾ ਕੇ ਸੌਂਦੇ ਨੇ ਜਾਂ ਕਿਤੇ ਰਹਿੰਦੇ ਨੇ, ਉਹ ਆਪਣੇ ਘਰ ਬਹਿ ਗਏ। ਪਰ ਗੱਲ ਕਰੀਏ ਜਤਿੰਦਰ ਜੀ, ਕਿਉਂ ਨਹੀਂ ਹਾਲਾਤ ਸੁਧਰੇ ਇਹਨਾਂ ਦੇ? ਅਸੀਂ ਦੇਖਿਆ ਵੀ ਹਲਕੇ ਦੇ ਜਿੱਥੇ MLA ਸਾਹਿਬ ਦੀ ਗੱਲ ਕੀਤੀ ਹੈ, ਇੱਥੇ ਵਾਰਡ ਪ੍ਰਧਾਨ ਵੀ ਹੋਊਗਾ, ਕੌਂਸਲਰ ਵੀ ਹੋਊਗਾ, ਜਦੋਂ ਵੋਟਾਂ ਆਉਂਦੀਆਂ ਨੇ ਘਰ ਘਰ ਆ ਕੇ ਲੋਕ ਗੁਆ ਠਕਾਉਂਦੇ ਨੇ ਵੀ ਸਾਨੂੰ ਵੋਟ ਪਾਓ, ਇਹਨਾਂ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਆ। ਕੀ ਲੱਗਦਾ ਹਲਕੇ ਦੇ ਕੌਂਸਲਰ ਨੂੰ ਵੀ ਸਾਰ ਲੈਣੀ ਚਾਹੀਦੀ ਆ, ਕਿਉਂਕਿ ਇਹਨਾਂ ਲੋਕਾਂ ਨੇ ਅੱਜ ਵੋਟਾਂ ਪਾ ਕੇ ਜਾ ਕੇ ਕੌਂਸਲਰ ਵੀ ਤਿਆਰ ਕਰਦੇ ਨੇ, MLA ਵੀ ਬਣਾਉਂਦੇ ਨੇ, ਸਰਕਾਰਾਂ ਬਣਾਉਂਦੇ ਨੇ, ਪਰ ਅੱਜ ਇਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਜਾਂਦੀ। ਇਹ ਤਾਂ ਬੜੀ ਹੱਸਣਯੋਗੀ ਵੀ ਗੱਲ ਹੈ ਵੀ ਆਪਾਂ ਜਦੋਂ ਵੋਟਾਂ ਲੈਣੀਆਂ ਨਾ ਅਤੇ ਫਿਰ ਤਾਂ ਕੁੰਡੀਆਂ ਸਾਰਿਆਂ ਦੀ ਦਿਖ ਪੈਂਦੀਆਂ ਨੇ ਖੜਕਾਉਣ ਵਾਸਤੇ, ਅਤੇ ਜਦੋਂ ਵੋਟਾਂ ਲੈ ਲਈਆਂ ਜਾਂਦੀਆਂ ਨੇ ਅਤੇ ਫਿਰ ਸਾਨੂੰ ਮਗਰ ਮਗਰ ਫਿਰਨਾ ਪੈਂਦਾ ਵੀ ਸਾਡਾ ਹੱਲ ਕਰੋ, ਆਹ ਗਰੀਬਾਂ ਦੀ ਸਾਰ ਲਓ। ਇਹ ਤਾਂ ਬੜੀ ਆ, ਇਹ ਅੱਜ ਦੀ ਨਵੀਂ ਦੀ ਗੱਲ ਨਹੀਂ, ਇਹ ਤਾਂ ਸ਼ੁਰੂ ਤੋਂ ਹੀ ਹੁੰਦੀ ਆ ਜੀ ਗਰੀਬਾਂ ਦੇ ਨਾਲ, ਅਤੇ ਗਰੀਬਾਂ ਦੀ ਤਾਂ ਕੁਝ ਸੁਣਦਾ ਹੀ ਕੋਈ ਨਹੀਂ ਹੈ ਜੇ ਦੁਨੀਆਂ ਦੇ ਉੱਤੇ, ਜੇ ਹੈਗਾ ਨਾ ਕੋਈ, ਅਤੇ ਕੋਈ ਬੰਦਾ ਹੀ ਨਹੀਂ ਦੁਨੀਆਂ ਦੇ ਉੱਤੇ ਜਿਹੜਾ ਗਰੀਬਾਂ ਦੀ ਸਾਰ। ਕੋਈ ਚੰਦ ਲੋਕ ਆ, ਚੰਦ ਲੋਕ ਐਸੇ ਵੀ ਨੇ ਜਿਹੜੇ ਬੜੇ ਸੋਝਵਾਨ ਦੇ ਸਿਆਣੇ ਨੇ, ਜਿਨ੍ਹਾਂ ਦੇ ਦਿਲ 'ਚ ਰੱਬ ਹੈਗਾ, ਉਹ ਗਰੀਬਾਂ ਦੀ ਬਾਂਹ ਫੜਦੇ ਆ। ਜੇ ਕੋਈ ਆਖੇ ਅੜ ਕੇ ਤਾਂ ਤੁਸੀਂ ਵੇਖਣੀ ਡੇ ਜੇ ਕੀ ਬਣਦਿਆ। ਬਿਲਕੁਲ ਜੀ, ਤੁਸੀਂ ਹਾਲਾਤ ਤੁਹਾਨੂੰ ਦਿਖਾਏ ਨੇ ਕੀ ਪਰਿਵਾਰ ਦੇ ਹਾਲਾਤ ਨੇ, ਅਤੇ ਜ਼ਰੂਰ ਗੱਲਬਾਤ ਵੀ ਕਰਾਂਗੇ ਜਿਹੜੇ ਇਲਾਕਾ ਨਿਵਾਸੀ ਨੇ। ਇਹ ਵੀਰ ਜੀ, ਹਾਲਾਤ ਕਿਉਂ ਇਹਨਾਂ ਦੇ ਸ਼ੁਰੂ ਤੋਂ ਇਸ ਤਰ੍ਹਾਂ ਦੇ ਨੇ, ਕੀ ਕਹਿਣਾ ਚਾਹੋਗੇ ਇਹਨਾਂ ਦੇ? ਇਹ ਵੀਰ ਜੀ, ਨਾਗਰੇ ਦੇ ਮਹਾਰਾਜ ਦੀ ਕਿਰਪਾ ਦੇ ਨਾਲ, ਇਹ ਮੇਰੇ ਸਾਡੇ ਤਾਇਆ ਜੀ ਦੇ ਬੇਟੇ ਨੇ, ਨਾਗਰੇ ਦੇ ਤਾਇਆ ਜੀ ਦੀ ਡੈਥ ਹੋ ਗਈ, ਤਾਇਆ ਜੀ ਦੀ ਡੈਥ ਹੋ ਗਈ, ਉਹ ਤੋਂ ਬਾਅਦ ਮਹਾਰਾਜ ਦੇ ਕਿਰਪਾ ਦਿਹਾੜੀ ਦਾ ਪੇ ਹੋ ਜੇ ਰਹੇ, ਪੇ ਆਦਮੀ ਦਾ ਵਿਆਹ ਹੋਇਆ, ਚਲੋ ਬੱਚੇ ਹੋਏ, ਕੁਝ ਬੱਚੇ ਪੂਰੇ ਹੋ ਗਏ, ਅਤੇ ਘਰਾਂ ਦੇ ਹਾਲਾਤ ਨੇ ਦਿਹਾੜੀ ਦੇ ਪੇ ਦੇ ਨਾਲ ਕੁਝ ਵੀ ਨਹੀਂ ਗੁਜ਼ਾਰਿਆ। ਹਾਂਜੀ, ਕਹਿੰਦੇ ਇਹਨਾਂ ਦੇ ਜਿਹੜੇ ਘਰ ਦੇ ਨੇ, ਕਹਿੰਦੇ ਉਹਨਾਂ ਦਾ ਦਿਮਾਗੀ ਹਾਲਾਤ ਠੀਕ ਨਹੀਂ ਆ, ਕਹਿੰਦੇ ਬਾਹਰੋਂ ਬੋਤਲਾਂ ਵਗੈਰਾ ਇਕੱਠੀ ਕਰਕੇ ਘਰੇ ਲਿਆ ਦਿੰਦੇ। ਅਸੀਂ ਦੇਖਿਆ ਹਾਲਾਤ ਇੰਨੇ ਕਿ ਮਾੜੇ ਨੇ, ਸਾਡੇ ਕੋਲ 2 ਮਿੰਟ ਤੱਕ ਜਿਹੜਾ ਖਲੋਤਾ ਨਹੀਂ ਗਿਆ, ਪਰ ਇਹ ਪਰਿਵਾਰ ਸੌਂਦਾ ਕਿਸ ਤਰ੍ਹਾਂ ਵਾ? ਇੰਨੀ ਇੱਥੇ ਬਦਬੂ ਆਉਂਦੀ ਆ, ਇੰਨਾ ਇੱਥੇ ਗੰਦ ਪਿਆ ਹੋਇਆ। ਹੁਣ ਮਹਾਰਾਜ ਜੀ ਵੇਖੋ, ਉਹਨਾਂ ਜੋ ਮੀਂਹ ਕਣੀ ਆਉਂਦਾ ਉਹ ਕਿਸੇ ਦੇ ਘਰ ਸੁਣਦੇ ਨੇ, ਪਰ ਹੁਣ ਜਦੋਂ ਪਤਾ ਇਹਨਾਂ ਦਾ ਸਥਾਨ ਇਹ ਆ, ਭਾਵੇਂ ਗੰਦਗੀ ਵੀ ਆ, ਭਾਵੇਂ ਜਿਸ ਤਰ੍ਹਾਂ ਵੀ ਆ, ਇਹਨਾਂ ਨੂੰ ਇਸੇ ਘਰ 'ਚ ਹੀ ਰਹਿਣਾ ਪੈਂਦਾ ਵਾ। ਅਤੇ ਆਪਣੀ ਸਰਕਾਰ ਘੜੀ ਇਹ ਬੇਨਤੀ ਆ ਵੀ ਇਹਨਾਂ ਦਾ ਕੋਠਾ ਪਾਇਆ ਜਾਵੇ ਮਹਾਰਾਜ ਦੀ ਕਿਰਪਾ। ਤੁਹਾਨੂੰ ਪਤਾ ਹੀ ਆ ਵੀ ਕਿੰਨੀ ਮਹਿੰਗਾਈ ਹੋ ਚੁੱਕੀ ਆ, ਅਤੇ ਮਹਾ ਆਪਣੇ ਹੀ ਘਰਾਂ ਦੇ ਗੁਜ਼ਾਰੇ ਚੱਲਦੇ ਨੇ, ਅਤੇ ਉਹ ਵਿਚਾਰੀ ਇਹਨਾਂ ਦੀ ਘਰ ਦੀ ਵੀ ਸਿੱਧੀ ਆ, ਬੋਤਲਾਂ ਵੀ ਚੁੱਕਦੀ ਆ, ਮੁੰਡਾ ਵਾ ਇੱਕ ਨਗੇ ਦੇ ਨਸ਼ੇ ਦਾ ਮਾਰਿਆ, ਕੁਝ ਦਿਹਾੜੀ 'ਤੇ ਪਿਆਉਂਦੇ ਆ, ਮਹਿੰਗਾਈ ਦੇ ਸਿਰ 'ਤੇ ਬਾਲਣ ਲੱਕੜ ਵੀ ਲਿਆਉਂਦੇ ਨੇ, ਅਤੇ ਤੁਹਾਨੂੰ ਪਤਾ ਹੀ ਆ ਮਹਾਰਾਜ ਦੀ ਕਿਰਪਾ ਦੇ ਨਾਲ। ਬਿਲਕੁਲ ਜੀ, ਤੁਸੀਂ ਦੇਖਿਆ ਵੀ ਇਲਾਕਾ ਨਿਵਾਸੀ ਕਹਿੰਦੇ ਨੇ ਵੀ ਇਹਨਾਂ ਵਿਚਾਰਿਆਂ ਦਾ ਕੋਠਾ ਤੱਕ ਜਿਹੜਾ ਪਾਇਆ ਜਾਵੇ ਤਾਂ ਜੋ ਕਿ ਸਿਰ ਲਕਾਵਾਂ ਹੋ ਸਕੇ। ਸਾਡੀ ਵੀ ਸਮਾਜ ਸੇਵੀਆਂ ਨੂੰ, ਇਹਨਾਂ ਦੇ ਵੀਰਾਂ ਨੂੰ, ਅਤੇ ਖਾਸ ਕਰਕੇ ਹਲਕੇ ਦੇ MLA ਡਾਕਟਰ ਜਸਵੀਰ ਸਿੰਘ ਸੰਧੂ ਨੂੰ ਅਪੀਲ ਆ ਭਾਈ, ਆਪਣੇ ਇਲਾਕੇ ਦੀ ਸਾਰ ਜ਼ਰੂਰ ਦਿਓ ਤਾਂ ਜੋ ਕਿ ਇਹਨਾਂ ਗਰੀਬਾਂ ਦਾ ਇੱਕ ਕੋਠਾ ਜ਼ਰੂਰ ਪੈ ਸਕੇ, ਕਿਉਂ ਅੱਜ ਛੱਤ ਤੋਂ ਵਿਆਤਰ ਨੇ। ਗੱਲਬਾਤ ਜ਼ਰੂਰ ਕਰਾਂਗੇ ਸਰਦਾਰ ਚਰਮਤ ਸਿੰਘ ਨਾਲ। ਸਰਦਾਰ ਜੀ ਖੜ੍ਹੇ ਹੋ ਜਾਓ ਮਾੜਾ ਜਿਹਾ। ਤੁਸੀਂ ਦੇਖ ਸਕਦੇ ਹੋ ਸਰਦਾਰ ਚਰਮਤ ਸਿੰਘ ਇਹ ਨੇ। ਸਰਦਾਰ ਜੀ ਕਿੰਨੀ ਕੁ ਉਮਰ ਹੋ ਗਈ ਆਪਣੀ? 50-60 ਸਾਲ। 60 ਸਾਲ ਹੋ ਗਈ।
ਤੇ ਮੈਨੂੰ ਦੱਸੋ ਵੀ ਘਰ ਦੇ ਹਾਲਾਤ ਕਿਉਂ ਇੰਨੇ ਮਾੜੇ ਹਾਲਾਤ 'ਚ ਨੇ? ਅਸੀਂ ਦੇਖਿਆ ਵੀ ਅੰਦਰ ਤਾਂ ਖਲੋਤਾ ਰੱਖਣ ਜਾ ਰਿਹਾ, ਤੁਸੀਂ ਸੌਂਦੇ ਕਿਸ ਤਰ੍ਹਾਂ ਸਾਰਾ ਪਰਿਵਾਰ ਇੱਥੇ? ਉਹ ਮਾਜੀ ਕਰਨ ਸੌਣਾ ਪੈਂਦਾ ਵਾ, ਨਹੀਂ ਬਣੀ ਨਹੀਂ ਬਣਿਆ ਨਹੀਂ ਤੇਰੇ ਕੰਮ ਕਾਰ ਵਿੱਚ ਢਿੱਲਾ ਮੱਠਾ ਜਿਹਾ ਕੰਮ ਕਰ ਰਿਹਾ ਵਾ, ਬਣਿਆ ਨਹੀਂ। ਕੀ ਲੱਗਦਾ ਨਹੀਂ ਕਦੇ ਆਪਣੀ ਇੰਨੀ ਗਰੀਬੀ 'ਤੇ ਕਦੀ ਤਰਸ ਨਹੀਂ ਹੁੰਦਾ ਕੀ ਹਾਲਾਤ ਨੇ ਕਦੀ ਵੀ ਕਿਸ ਤਰ੍ਹਾਂ ਦੀ ਜ਼ਿੰਦਗੀ ਆਪਾਂ ਰਹਿੰਦੇ ਹਾਂ, ਕਿਹੜੇ ਹਾਲਾਤਾਂ ਵਿੱਚ ਰਹਿੰਦੇ ਹਾਂ ਆਪਾਂ? ਤੁਹਾਡੀ ਪਤਨੀ ਨੂੰ ਕੀ ਆ, ਘਰ ਵਾਲੀ ਕੀ ਆ? ਉਹ ਠੀਕ ਨਹੀਂ ਆ, ਤੂੰ ਕੰਮ ਜਾਂਦੀ ਬਹੁਤ ਤੁਹਾਨੂੰ। ਅਤੇ ਉਹਨਾਂ ਦਾ ਕਦੇ ਇਲਾਜ ਕਰਵਾਉਣ ਵਾਸਤੇ ਨਹੀਂ ਸੋਚਿਆ ਵੀ ਇਲਾਜ ਕਰਵਾਇਆ ਜਾਵੇ ਉਹਨਾਂ ਦੀ ਦਿਮਾਗੀ ਹਾਲਾਤ ਠੀਕ ਹੋ ਜਾਵੇ ਤਾਂ ਜੋ ਕਿ ਆਪਣਾ ਘਰ ਸਾਂਭ ਸਕਣ? ਉਹ ਬਹੁਤ ਜਣ ਪੈਸਿਆਂ ਤੋਂ ਇਲਾਜ ਕਰਾਈਏ, ਪੈਸਿਆਂ ਤੋਂ ਕਰਕੇ ਇਲਾਜ ਨਹੀਂ ਕਰਾਇਆ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਸਰਦਾਰ ਚਰਮਲ ਸਿੰਘ ਆ, ਇਹ ਸੀ ਗੱਲਬਾਤ ਕੀਤੀ ਚਰਮਲ ਸਿੰਘ ਨਾਲ। ਤੁਸੀਂ ਦੇਖਿਆ ਵੀ ਉਹਨਾਂ ਦਾ ਕਹਿਣਾ ਵੀ ਉਹਨਾਂ ਦੀ ਘਰ ਦੀ ਤਾਂ ਜਿਹੜੇ ਕਿ ਦਿਮਾਗੀ ਹਾਲਾਤ ਠੀਕ ਨੇ ਨਹੀਂ ਆ, ਇਸ ਕਰਕੇ ਉਹਨਾਂ ਕੋਲ ਰੋਜ਼ੀ ਰੋਟੀ ਜਿਹੜੀ ਆ ਮਿਹਨਤ ਕਰਦੇ ਨੇ ਪਰ ਉਹ ਇਲਾਜ ਨਹੀਂ ਕਰਾਇਆ ਗਿਆ। ਅਤੇ ਹੁਣ ਗੱਲਬਾਤ ਕਰਾਂਗੇ ਸ਼ਮਸ਼ੇਰ ਸਿੰਘ ਸ਼ੇਰਾ ਜਿਹੜਾ ਕਿ ਇਸ ਮੁਹੱਲੇ ਦੇ ਵਿੱਚ ਰਾਜ ਮਿਸਤਰੀ ਦਾ ਕੰਮ ਕਰਦੇ ਨੇ, ਬਿਲਕੁਲ ਲਾਗੇ ਗਵਾਂਢੀ ਨੇ ਵੀ ਉਹਨਾਂ ਗੱਲਬਾਤ ਕਰਦੇ ਹਾਂ। ਸ਼ੇਰਾ ਜੀ, ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਪਰਿਵਾਰ ਦੀ, ਤੁਸੀਂ ਰਾਜ ਮਿਸਤਰੀ ਹੋ, ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਹੋ ਪਰਿਵਾਰ ਦੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ 30 ਸਾਲ ਉਮਰ ਹੋ ਗਈ ਆ ਅਤੇ ਹੋਸ਼ ਸੰਭਾਲੀ 20 ਸਾਲ, 10 ਸਾਲ ਹੋਸ਼ ਸੰਭਾਲੀ ਨੂੰ ਹੋ ਗਏ ਆ ਅਤੇ 10 ਸਾਲ ਹੀ ਹੋ ਗਏ ਮੈਨੂੰ ਇਹਨਾਂ ਦੇ ਘਰ ਇੱਦਾਂ ਦਾ ਇੱਦਾਂ ਹੀ ਵੇਖਦੇ ਆਉਂਦੇ ਆ। ਅਤੇ ਬਾਕੀ ਆਪਾਂ ਰਾਜ ਮਿਸਤਰੀ ਦਾ ਕੰਮ ਕਰਦੇ ਹਾਂ ਅਤੇ ਸਾਡੇ ਹਲਕੇ ਦੇ MLA ਵਾਲੀ ਬੇਨਤੀ ਆ ਵੀ ਇਹਨਾਂ ਦੀ ਘਰ ਆਣ ਕੇ ਵੇਖਣ ਹਾਲਾਤ ਅਤੇ ਘਰ ਇਹਨਾਂ ਦਾ ਬਣਾਇਆ ਜਾਵੇ, ਸਰਕਾਰ ਵਾਲੀ ਬੇਨਤੀ ਆ। ਅਤੇ ਬਾਕੀ ਮੈਂ ਫਰੀ ਸੇਵਾ ਕਰਦਾਂਗਾ, ਜਿਹਨੇ ਜੋਗਾ ਹੋਊਗਾ ਦਿਹਾੜੀਆਂ 4 ਲਾ ਕੇ ਇਹਨਾਂ ਦਾ ਕੋਠਾ ਦਿੱਤਾ ਪਾਇਆ ਜਾਊਗਾ ਅਤੇ ਜੋ ਵੀ ਆ। ਬਿਲਕੁਲ ਜੀ, ਬਹੁਤ ਸ਼ਾਬਾਸ਼ ਅਸੀਂ ਨੌਜਵਾਨ ਦੇ, ਅਸੀਂ ਦੇਖਦੇ ਹਾਂ ਵੀ ਨੌਜਵਾਨ ਦੀ ਹਿੰਮਤ ਨੂੰ ਦਾਤ ਆ ਸ਼ਮਸ਼ੇਰ ਸਿੰਘ ਸ਼ੇਰਾ ਸਨਾ ਦਾ ਨਾਂ ਆ ਮਿਸਤਰੀ ਦਾ। ਇਹਦਾ ਕਹਿਣਾ ਵੀ ਜਿੰਨੇ ਜੋਗਾ ਹੈਗਾ ਮੈਂ ਮਿਸਤਰੀ ਦਿਹਾੜੀਆਂ ਭਾਵੇਂ ਲੱਗਣ 4 ਅਤੇ ਭਾਵੇਂ ਲੱਗਣ 5, ਇਹ ਪਰਿਵਾਰ ਦਾ ਕੋਠਾ ਜ਼ਰੂਰ ਮੈਂ ਪਾ ਕੇ ਦਊਂਗਾ, ਉੱਤੇ ਬਿਲਕੁਲ ਫਰੀ ਕੰਮ ਕਰਕੇ ਦਊਂਗਾ, ਬਸ ਤੁਹਾਡੇ ਸਾਥ ਦੀ ਲੋੜ ਆ। ਕਿਉਂਕਿ ਇੱਟਾਂ ਵੀ ਹੈਗੀਆਂ ਵਾ, ਕੋਈ 20 ਭਰਾ ਸੀਮਟ ਦੀ ਸੇਵਾ ਕਰਦੇ, ਕੋਈ 20 ਭਰਾ ਰੇਤਾਂ ਦੀ ਸੀਮਟ ਕਰਦੇ ਅਤੇ ਕੋਈ 20 ਭਰਾ ਬਾਲਿਆਂ ਦੀ ਸੇਵਾ ਕਰਦੇ ਤਾਂ ਜੋ ਕਿ ਚਰਮਲ ਸਿੰਘ ਦਾ ਜਿਹੜਾ ਕਿ ਉਹ ਘਰ ਬਣ ਸਕੇ। ਅੱਜ ਕੱਲ੍ਹ ਕਹਿੰਦੇ ਵੀ ਪੰਛੀਆਂ ਦਾ ਵੀ ਆਪਣਾ ਆਲ੍ਹਣਾ ਹੁੰਦਾ ਵਾ, ਆਪਣਾ ਘਰ ਹੁੰਦਾ ਵਾ, ਪਰ ਇਸ ਪਰਿਵਾਰ ਦਾ ਕੋਈ ਆਲ੍ਹਣਾ ਨਹੀਂ, ਕੋਈ ਘਰ ਨਹੀਂ ਆ। ਜਦੋਂ ਕਦੇ ਮੀਂਹ ਪੈਂਦਾ ਤਾਂ ਜਾ ਕੇ ਲੋਕਾਂ ਦੇ ਘਰਾਂ ਜਾ ਕੇ ਸੌਣਾ ਪੈਂਦਾ, ਇਸ ਤਰ੍ਹਾਂ ਦੇ ਹਾਲਾਤ ਨੇ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਭਾਈ ਜਿੰਨੀ ਜੋਗੀ ਸੇਵਾ ਕਰ ਸਕਦੇ ਹੋ ਜ਼ਰੂਰ ਸੇਵਾ ਕਰਿਓ, ਤਿਲਮਿਲ ਪਰਿਵਾਰ ਜ਼ਰੂਰ ਸੇਵਾ ਕਰਿਓ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਚੰਗੇ ਹੋ ਸਕਣ। ਜਤਿੰਦਰ ਸਿੰਘ ਜੀ, ਤੁਸੀਂ ਕਿਸ ਤਰ੍ਹਾਂ ਸੇਵਾ ਕਰੋਗੇ? ਵੀਰ ਨੇ ਤਾਂ ਕਹਿਤਾ ਵੀ ਮਿਸਤਰੀ ਨੇ ਵੀ ਉਹ ਜਿੰਨੀਆਂ ਦਿਹਾੜੀ ਲੱਗਣਗੀਆਂ ਮਿਸਤਰੀ ਦੀਆਂ, ਭਾਵੇਂ ਲੱਗਣ 5 ਭਾਵੇਂ ਲੱਗਣ 7, ਇਹ ਪਰਿਵਾਰ ਦਾ ਕੋਠਾ ਜਿਹੜਾ ਫ੍ਰੀ ਪਾ ਕੇ ਦਊਗਾ, ਤੁਸੀਂ ਕਿਸ ਤਰ੍ਹਾਂ ਸੇਵਾ ਕਰੋਗੇ? ਜੋ ਸੇਵਾ ਬਣਦੀ ਆ ਨਾ ਗਰੇਵਾਲ ਸਾਹਿਬ, ਤੁਸੀਂ ਮੇਰੇ ਉੱਤੇ ਲਾ ਦਿਓ, ਮੈਂ ਪੂਰੀ ਕਰ ਦਾਂਗਾ। ਜੇ ਤੁਸੀਂ ਰੇਤਾ ਦੀ ਲਾਉਣੀ ਆ, ਸੀਮਿੰਟ ਦੀ ਲਾਉਣੀ ਆ, ਜੇ ਤੁਸੀਂ ਇੱਟਾਂ ਦੀ ਲਾਉਣੀ ਆ ਅਤੇ ਜੇ ਸਰੀਏ ਦੀ ਲਾਉਣੀ ਹੈ, ਜਿਹੜੀ ਲਾ ਦੋਗੇ ਮੈਂ ਕਰ ਦੂੰਗਾ ਪੂਰੀ। ਹੋਰ ਦੱਸੋ ਕੀ ਆਉਂਦੇ? ਬਹੁਤ ਬਹੁਤ ਧੰਨਵਾਦ ਜੀ। ਲੋਕੋ ਵੀ ਹੋ ਸਕੀ ਮਤ ਆਪਾਂ ਕਰਾਂਗੇ, ਠੋਕ ਕੇ ਕਰਾਂਗੇ ਯਾਰ। ਜੇ ਕਿ ਗਰੀਬ ਦਾ ਹੱਕ ਜੇ ਜੇ ਕੋਈ ਨਾ ਆਵੇ ਤਾਂ ਫਿਰ ਆਪਾਂ ਤਾਂ ਹੈਗੇ ਨਹੀਂ, ਮਾਰੇ ਥੋੜ੍ਹੀ ਗਏ, ਕਰਾਵਾਂਗੇ ਪੂਰੀ ਠੋਕ ਕੇ, ਪੂਰਾ ਘਰ ਬਣਾਵਾਂਗੇ, ਬੰਦੇ ਦਾ ਬਣਾ ਕੇ ਦੇਵਾਂਗੇ, ਜਿੰਨੇ ਕੁ ਜੋਗੇ ਹੈਗੇ ਕਰਕੇ ਦੇਵਾਂਗੇ। ਠੀਕ ਹੈ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਜ਼ਮਾਨੇ 'ਚ ਜਤਿੰਦਰ ਵੀਰ ਵਰਗੇ ਵੀ ਜਿਹੜੇ ਵੀਰ ਹੈਗੇ ਨੇ ਉਹਨਾਂ ਦਾ ਕਿਹਾ ਵੀ ਜੇਕਰ ਸਰਕਾਰਾਂ ਕੁਛ ਕਰਕੇ ਦਿੰਦੀਆਂ ਠੀਕ ਆ, ਨਹੀਂ ਤਾਂ ਜਿਸ ਤਰ੍ਹਾਂ ਦਾ ਵੀ ਹਾਲਾਤ ਨੇ ਇਹਨਾਂ ਦੇ ਘਰ ਜਿਹੜਾ ਬਣਾ ਕੇ ਜ਼ਰੂਰ ਦੇਵਾਂਗੇ। ਸਾਡੀ ਵੀ ਸਮਾਜ 'ਤੇ ਵੀ NRI ਵੀਰਾਂ ਨੂੰ ਅਪੀਲ ਆ ਵੀ ਭਾਈ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੀਏ ਤਾਂ ਜੋ ਕਿ ਚਰਮਤ ਸਿੰਘ ਦਾ ਜਿਹੜਾ ਘਰ ਆ ਪਿਛਲੇ 5 ਸਾਲਾਂ ਤੋਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿ ਰਹੇ ਨੇ। 5 ਸਾਲ ਬੜਾ ਲੰਬਾ ਸਮਾਂ ਹੁੰਦਾ, ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਸ ਕਰਕੇ ਤਿਲ ਫੁੱਲ ਜ਼ਰੂਰ ਸੇਵਾ ਕਰੀਏ ਤਾਂ ਜੋ ਕਿ ਪਰਿਵਾਰ ਦੇ ਹਾਲਾਤ ਹੋ ਸਕਣ। ਅਤੇ ਜਤਿੰਦਰ ਬਾਈ, ਇਹਨਾਂ ਦਾ ਮੋਬਾਈਲ ਨੰਬਰ ਤਾਂ ਹੈ ਨਹੀਂ ਪਰਿਵਾਰ ਦਾ, ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ। ਨਹੀਂ ਜੇਕਰ ਕਿਸੇ ਨੇ ਤੁਹਾਡਾ ਸੰਪਰਕ ਕਰਨਾ ਹੋਵੇ, ਚਲੋ ਕੋਈ ਫੋਨ ਹੀ ਆ ਜਾਂਦਾ, ਕੋਈ ਰਾਬਤਾ ਕਰ ਜਾਂਦਾ ਕਿਸੇ ਦਾ।
ਓਏ ਗਰੇਵਾਲ ਸਾਹਿਬ, ਇਹ ਯਾਰ ਨੰਬਰ ਨੰਬਰ ਆਪਾਂ ਰਹਿਣ ਦਈਏ, ਪਤਾ ਕਿਉਂ ਅੱਜ ਕੱਲ੍ਹ ਲੋਕ ਤ੍ਰਿੰਤੂ ਪ੍ਰਿੰਤੂ ਬੜਾ ਕਰਦੇ, ਇਹ ਜੋ ਸਰੀਏ ਬਣੇ ਦੀ ਜੋ ਸੇਵਾ ਕੋਈ ਸੀਮਿੰਟ ਦੀ ਲਾ ਦੂਗਾ, ਇਹ ਘਰ ਆਪਾਂ ਬਣਾਉਣਾ ਬਸ। ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਦਾ, ਕਹਿਣਾ ਵਾ ਵੀ ਸੇਵਾ ਜਿਹੜੀ ਕੀਤੀ ਹੈ। ਬਾਈ ਜਿੰਮਲ ਜੀ ਇੱਧਰ ਆਜੋ, ਇੱਧਰ ਮੇਰੇ ਲਾਗੇ ਜਿੰਮਲ ਜੀ ਇੱਧਰ ਆਓ। ਕਿਸ ਤਰ੍ਹਾਂ ਦੇ ਦਿਓ, ਕਹਿੰਦੇ ਵੀ ਤੁਹਾਡਾ ਘਰ ਹੁਣ ਬਣਾ ਦੇਣਾ ਵਾ, ਕੀ ਕਹਿਣਾ ਚਾਹੋ ਦਰਸ਼ਕਾਂ ਨੂੰ? ਹਾਂਜੀ ਠੀਕ ਹੈ ਜੀ, ਹੈਂ ਠੀਕ ਆ ਜੀ, ਘਰ ਬਣਾ ਦਈਏ? ਬਣਾ ਦਿਓ, ਬਣਾ ਦਿਓ ਜੀ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਸਰਦਾਰ ਧਰਮਲ ਸਿੰਘ ਤੁਹਾਡੇ ਗਾੜੀ ਹੱਥ ਜੋੜ ਰਿਹਾ ਵੀ ਭਾਈ ਉਹਦਾ ਕੋਠਾ ਜ਼ਰੂਰ ਪਾਇਆ ਜਾਵੇ, ਕਿਉਂਕਿ ਬੜੇ ਮਾੜੇ ਹਾਲਾਤਾਂ ਵੀ ਰਹਿ ਰਹੇ ਨੇ, ਪਿਛਲੇ 25 ਸਾਲਾਂ ਤੋਂ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਨੇ, ਅਤੇ ਇਸ ਕਰਕੇ ਸਾਡੇ ਪੰਜਾਬੀ ਭਰਾ ਨੇ ਅਤੇ ਸਾਡੇ ਕੋਲ ਦਰਦ ਨਹੀਂ ਦੇਖਿਆ ਗਿਆ, ਅਤੇ ਭਾਈ ਜਤਿੰਦਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਇਸ ਪਰਿਵਾਰ ਦੇ ਨਾਲ ਲੈ ਕੇ ਆਇਆ, ਮਿਲਾਪ ਕਰਾਇਆ ਤਾਂ ਜੋ ਕਿ ਘਰ ਦੇ ਹਾਲਾਤ ਚੰਗੇ ਹੋ ਸਕਣ। ਤੋ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਅਸੀਂ ਦੇਖਦੇ ਹਾਂ ਵੀ ਵੱਡੇ ਵੱਡੀਆਂ ਕੋਠੀਆਂ 'ਚ ਲੋਕ ਬੈਠੇ ਨੇ, ਮਹਿਲਾਂ 'ਚ ਬੈਠੇ ਨੇ, ਪਰ ਆਪਣੇ ਤੋਂ ਨੀਵੇਂ ਜਿਹੜੇ ਲੋਕ ਨੇ ਥੱਲੇ ਤੱਕ ਝਾਤੀ ਮਾਰੋ, ਕਿਹੜੇ ਹਾਲਾਤਾਂ 'ਚ ਲੋਕ ਦੁਨੀਆ ਰਹਿ ਰਹੀ ਹੈ, ਉਸ ਪਰਮਾਤਮਾ ਦਾ ਧੰਨਵਾਦ ਜ਼ਰੂਰ ਕਰਿਆ ਕਰੋ ਜਿਸ ਪਰਮਾਤਮਾ ਨੇ ਤੁਹਾਨੂੰ ਰੋਜ਼ੀ ਰੋਟੀ ਦਿੱਤੀ ਆ, ਤੁਹਾਨੂੰ ਘਰ ਬਾਰ ਦਿੱਤਾ। ਇਹਨਾਂ ਲੋਕਾਂ ਦੇ ਹਾਲਾਤ ਵੇਖ ਲਓ ਕਿਹੜੇ ਹਾਲਾਤਾਂ 'ਚ ਰਹਿ ਰਹੇ ਆ ਪਰਿਵਾਰ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।